ਦੁਬਾਰਾ ਫਿਰ ਮੰਗ ਉੱਠ ਗਈ ਐ ਨੈਰੀ ਪਾਣੀ ਦੀ ਫਿਰ ਹੁਣ ਤੋਂ ਆ ਕਰ ਦੋਗੇ ਪੂਰੀ ਫਿਰ ਕੀ ਕਹਿ ਸਕਦੇ ਆ ਆਪਾਂ ਕੋ ਨੈਰੀ ਢਾਂਚਾ ਤਾਂ ਹੈਗਾ ਹੈ ਨਾ ਜੀ ਬਚਿਆ ਕੁਝ ਆਪਣੇ ਕੋਲ ਹੈਗਾ ਨੈਰੀ ਢਾਂਚਾ ਪਰ ਕਮਾਲ ਦੀ ਗੱਲ ਇਹ ਆ ਕਿ ਦੇਖੋ ਕਿ ਐਡੀਆਂ ਵੱਡੀਆਂ ਸਾਡੇ ਕੇਂਦਰ ਦੀਆਂ ਯੋਜਨਾਵਾਂ ਨੇ ਉਹ ਪਤਾ ਨਹੀਂ ਪੈਸਾ ਕੋਈ ਇਹ ਤਸਵੀਰ ਸੀ ਨਹੀਂ ਘੱਲਦੇ ਜਾਂ ਦਿੰਦੇ ਨਹੀਂ ਪੈਸਾ ਪੰਜਾਬ ਨੂੰ ਹੁਣ ਅੱਛਾ ਪਾਣੀ ਦਾ ਹਾਲ ਪਹਿਲਾਂ ਤੇ ਜਾਣ ਲਓ ਬੀਤੇ ਦਿਨੀ ਇੱਕ ਰਿਪੋਰਟ ਛੜੀ ਆ ਉਹ ਉਥੇ ਸਦਨ ਦੇ ਵਿੱਚ ਰੱਖੀ ਗਈ ਆ ਸਾਡੇ ਪਾਣੀ ਦੀ ਕਹਾਣੀ ਸਦਨ ਤੱਕ ਗੂੰਜਦੀ ਪਈ ਆ ਉਹ ਇਥੋਂ ਸ਼ੁਰੂ ਕਰਦੇ ਆਪਾਂ ਜੀ ਉਸ ਰਿਪੋਰਟ ਦੇ ਵਿੱਚ ਉਹਨਾਂ ਨੇ ਹੁਣ ਤਰੀਕ ਵੀ ਦੱਸ ਦਿੱਤੀ ਇੱਕ ਤਰ੍ਹਾਂ ਨਾਲ ਸਾਨੂੰ ਉਹ ਕਹਿੰਦੇ ਨੇ ਕਿ 2039 ਤੀਕ ਪੰਜਾਬ ਦੇ ਬਹੁਤੇ ਬਲਾਕਾਂ ਦਾ ਪਾਣੀ ਜਿਹੜਾ ਉਹ 300 ਮੀਟਰ ਤੱਕ ਥੱਲੇ ਚਲਾ ਜਾਏਗਾ ਜਿਹੜਾ ਕਿ ਇਸ ਵੇਲੇ ਔਸਤਨ ਲਾ ਲੂ ਕਿ 100 ਜਾਂ 150 ਦੇ ਆਸ-ਪਾਸ ਹੈ ਇਹਦਾ ਮਤਲਬ ਕਿ ਦੁੱਗਣਾ ਹੋਣੀ ਮੱਛੀ ਮੋਟੀਆਂ ਮੱਛੀ ਮੋਟੀਆਂ ਮੱਛੀ ਮੋਟਰਾ ਤੇ ਜਦ ਇਤੋਂ ਵੀ ਦੁੱਗਣਾ ਚਲਾ ਜਾਏਗਾ ਇਹਦਾ ਮਤਲਬ ਹੈ ਕਿ ਸ਼ਾਇਦ ਤੁਸੀਂ ਪਾਣੀ ਕੱਢ ਹੀ ਨਹੀਂ ਪਾਉਂਗੇ ਜੀ ਫਿਰ ਤੁਹਾਨੂੰ ਬਿਜਲੀ ਵੀ ਬਹੁਤ ਚਾਹੀਦੀ ਆ ਬਹੁਤ ਤਗੜਾ ਤੁਹਾਨੂੰ ਉਹਦੇ ਵਿੱਚ ਇਨਵੈਸਟਮੈਂਟ ਵੀ ਪਾਉਣਾ ਪਏਗਾ ਜੀ ਤੇ ਜਿਹੜਾ ਪਾਣੀ ਤੁਸੀਂ ਕੱਢੋਗੇ ਫਿਰ ਜੀ ਹੁਣ ਜਿੱਦਾਂ ਆਪਣਾ 40% ਪਾਣੀ ਪੀਣ ਯੋਗ ਨਹੀਂ ਹੈ ਜੀ ਜਿੰਨਾ ਅਸੀਂ ਧਰਤੀ ਥੋਂ ਕੱਢਦੇ ਆ ਜੀ ਤੋਂ 40% ਤੇ ਹੈ ਹੀ ਨਹੀਂ ਹੈ ਬਿਲਕੁਲ ਤਾਂ ਉਹ ਫਿਰ ਕਹਿੰਦੇ ਆ ਕਿ ਥੋੜਾ ਜਿਹਾ ਹਿੱਸਾ ਛੱਡ ਕੇ ਬਹੁਤਾ ਪੀਣ ਯੋਗ ਨਹੀਂ ਨਹੀਂ ਰਹੇਗਾ ਜੀ ਦੂਜੀ ਚੀਜ਼ ਜਿਹੜੀ ਕਹੀ ਗਈ ਆ ਕਿ ਪੰਜਾਬ ਜਿਹੜਾ ਇਹ ਮਾਰੂਥਲ ਬਣਨ ਵਾਸਤੇ ਬਹੁਤ ਤੇਜ਼ੀ ਨਾਲ ਦੌੜ ਰਿਹਾ ਹੈ ਜੀ ਇਹਦਾ ਮਾਰੂਥਲੀਕਰਨ ਹੋ ਜਾਏਗਾ ਮਾਰੂਥਲੀਕਰਨ ਸ਼ਬਦ ਇਸਤੇਮਾਲ ਕੀਤਾ ਗਿਆ ਉੱਥੇ ਜੀ ਉਹ ਕਹਿੰਦੇ ਕਿ ਬਹੁਤ ਜਲਦੀ ਹੋ ਜਾਏਗਾ ਜੀ ਇਹਨਾਂ ਚੀਜ਼ਾਂ ਨੂੰ ਤੁਸੀਂ ਠੀਕ ਨਾ ਕੀਤਾ ਭਾਈ ਜੀ ਤੇ ਇਹ ਤੇ ਹੁਣ ਭਾਈ ਸਾਡੇ ਸਾਹਮਣੇ ਹੀ ਆ ਨਾ ਰਿਪੋਰਟ ਵੀ ਇਹੋ ਕਹਿੰਦੀ ਆ ਤੇ ਸਾਡੇ ਹਾਲਾਤ ਵੀ ਕੁਝ ਇਸੇ ਤਰ੍ਹਾਂ ਦੇ ਹੀ ਆ ਹੁਣ ਮਸਲਾ ਤੇ ਇਹ ਆ ਕਿ ਸਾਨੂੰ ਜਿੰਨੀ ਜ਼ਰੂਰਤ ਹੁੰਦੀ ਹੈ ਅਸੀਂ ਇੱਕ ਰਿਪੋਰਟ ਲੱਗੀ ਹੋਈ ਸੀਗੀ ਅੱਜ ਹੋਰ ਉਹਦੇ ਵਿੱਚ ਉਹ ਮੀਡੀਆ ਰਿਪੋਰਟ ਹੈ ਉਹਦੇ ਚੋ ਕਹਿ ਰਹੇ ਨੇ ਕਿ ਜੋ ਸਾਨੂੰ ਹੁੰਦੀ ਹੈ ਜ਼ਰੂਰਤ ਜੀ ਇੱਕ ਸਾਲ ਚ ਜੀ ਉਹ ਅਸੀਂ ਕੱਢਦੇ ਆ ਧਰਤੀ ਅੱਠੋਂ ਪਾਣੀ ਸ਼ਾਇਦ ਉਹਨਾਂ ਨੇ ਅੰਕੜਾ ਦਿੱਤਾ 28 ਮਿਲੀਅਨ ਕਯੂਬਿਕ ਮੀਟਰ ਜੀ ਜਿਹਦੇ ਚੋ 26 ਮਿਲੀਅਨ ਜਿਹੜਾ ਹੈ ਉਹ ਸਾਡਾ ਕੱਲਾ ਸਿੰਚਾਈ ਵਾਸਤੇ ਇਸਤੇਮਾਲ ਹੁੰਦਾ ਹੈ ਜੀ ਅੱਛਾ ਇੱਕ ਚੀਜ਼ ਹੋਰ ਲਿਖੀ ਗਈ ਆ ਕਿ ਭਈ ਰਾਜਸਥਾਨ ਤੇ ਆਪਣੇ ਹਿੱਸੇ ਦਾ 85% ਪਾਣੀ ਵਰਤ ਰਿਹਾ ਹੈ ਜੀ ਤੇ ਹਰਿਆਣੇ ਦਾ ਵੀ ਇਹ ਹੁਆ ਲਿਆ ਜਦ ਕੇ ਪੰਜਾਬ ਹੈ ਜਿਹੜਾ ਉਹ ਆਪਣੇ ਹਿੱਸੇ ਦਾ ਮਤਲਬ ਕਿ ਇਹਨਾਂ ਦੇ ਨੇੜੇ ਤੇੜੇ ਵੀ ਨਹੀਂ ਵਰਤਨ ਦੇ ਮਾਮਲੇ ਚ ਅੱਛਾ ਜੀ ਕਮਾਲ ਦੀ ਗੱਲ ਆ ਜਿਹੜਾ ਬਣਦਾ ਸੀ ਉਹ ਚੋਂ ਵੀ ਮਨ ਉਹਦੇ ਚੋਂ ਵੀ ਵਰਤੋਂ ਨਹੀਂ ਹੋ ਰਹੀ ਕਿਉਂਕਿ ਸਾਡਾ ਨਹਿਰੀ ਢਾਂਚਾ ਬਿਲਕੁਲ ਖਤਮ ਹੋ ਗਿਆ ਜੇ ਤੁਸੀਂ ਹਜ਼ੂਰ ਦੁਆਬੇ ਚ ਜਾਓਗੇ ਮਾਝੇ ਚ ਜਾਓਗੇ ਤਾਂ ਬਹੁਤ ਸਾਰੀਆਂ ਕਸੀਆਂ ਬਹੁਤ ਸਾਰੇ ਸੂਏ ਜਿਹੜੇ ਉਹ ਖਤਮ ਹੋ ਗਏ ਨੇ ਜੀ ਛੋਟੀਆਂ ਨਹਿਰਾ ਖਤਮ ਹੋ ਗਈਆਂ ਤੇ ਜਦੋਂ ਪਾਣੀ ਜਾਣਾ ਹੀ ਨਹੀਂ ਗਿਆ ਤਾਂ ਖੇਤਾਂ ਨੂੰ ਲੱਗਣਾ ਕੀ ਹੈ ਜੀ ਇਹੀ ਹਾਲ ਆਪਣੇ ਮਾਲਵੇ ਚ ਥੋੜਾ ਠੀਕ ਹੈ ਕਿਉਂਕਿ ਇੱਧਰ ਤੁਹਾਨੂੰ ਪਤਾ ਹੀ ਆ ਤੇਲ ਏਰੀਆ ਜ਼ਿਆਦਾ ਪੈਂਦਾ ਹੈ ਟੈਲਾ ਜਿਆਦਾ ਜਿਆਦਾ ਪੈਂਦੀਆਂ ਨੇ ਆਪਾਂ ਟੈਲਾ ਕਹਿੰਦੇ ਨੇ ਵੇ ਟੈਲਾ ਹੁੰਦੀਆਂ ਨੇ ਜੀ ਪੰਜਾਬੀ 'ਚ ਆਪਾਂ ਟੈਲਾ ਹੀ ਕਹ ਦਿੰਨੇ ਆ ਤੋ ਕਹਿਣ ਦਾ ਮਤਲਬ ਇਹ ਆ ਕਿ ਚਿੰਤਾ ਤਾਂ ਬਿਲਕੁਲ ਸਾਡੀ ਜਿਹੜੀ ਐ ਸਪਸ਼ਟ ਤੌਰ ਤੇ ਠੀਕ ਐ ਚਾਹੇ ਉਹ ਮੁੱਖ ਮੰਤਰੀ ਸਾਹਿਬ ਦੀ ਹੋਵੇ ਤੇ ਚਾਹੇ ਜਿਹੜੇ ਕੁਝ ਹੋਰ ਕਨਸਰਨ ਲੋਕ ਨੇ ਕਿਸਾਨ ਨੇ ਬੁੱਧੀਜੀਵੀ ਨੇ ਉਹ ਸਹੀ ਐ ਸਾਰਾ ਕੁਝ ਐ ਪਰ ਉਹਦੇ ਵਾਸਤੇ ਹੁਣ ਤੁਹਾਨੂੰ ਸਾਰਾ ਕੁਝ ਜਿਹੜਾ ਉਲੀਕਣਾ ਪਵੇਗਾ ਨਾ ਖਾਕਾ ਤੇ ਉਲੀਕਣਾ ਪਵੇਗਾ ਕਿਉਂਕਿ ਇਹ ਜਿਹੜਾ ਸਾਡਾ ਨਹਿਰੀ ਤੰਤਰ ਆ ਇਹ 1880 ਦੇ ਆਸ-ਪਾਸ ਬੰਨਾ ਸ਼ੁਰੂ ਹੁੰਦਾ ਹੈ 1925 ਦੇ ਕਰੀਬ ਆ ਕਿਨੇ ਪਰੇ ਚੜਦਾ ਹੈ ਉਸ ਤੋਂ ਬਾਅਦ ਅਸੀਂ ਉਹ ਕੰਮ ਕੀਤਾ ਹੀ ਨਹੀਂ ਇਹਦੇ ਤੇ ਜੋ ਕਰਨਾ ਬਣਦਾ ਸੀਗਾ ਤਾਂ ਜਦ ਤੱਕ ਤੁਸੀਂ ਅੱਗੇ ਵਧੀਆ ਨਹਿਰਾਂ ਖਾਲੇ ਉਹ ਸਾਰਾ ਕੁਝ ਮਤਲਬ ਕਿ ਛੋਟੀਆਂ-ਛੋਟੀਆਂ ਬ੍ਰਾਂਚਾਂ ਤੱਕ ਜਦੋਂ ਤੱਕ ਉਹ ਪੂਰਾ ਕੰਮ ਕਰੋਗੇ ਨਹੀਂ ਜਿੱਥੇ ਸਫਾਈ ਦੀ ਜ਼ਰੂਰਤ ਹੈ ਸਫਾਈ ਉੱਥੇ ਸਫਾਈ ਜਿੱਥੇ ਨਿਰਮਾਣ ਦੀ ਜ਼ਰੂਰਤ ਹੈ ਨਿਰਮਾਣ ਜਦੋਂ ਤੱਕ ਉਹ ਸਾਰੀਆਂ ਚੀਜ਼ਾਂ ਨਹੀਂ ਬਣਾਓਗੇ ਤਾਂ ਕੱਲੀ ਚਿੰਤਾ ਹੀ ਕਰਦੇ ਰਹੋਗੇ ਜੀ ਮਤਲਬ ਕਿ ਮੰਥਨ ਠੀਕ ਹੈ ਮੰਥਨ ਇੱਕ ਅੱਧ ਤੱਕ ਠੀਕ ਹੁੰਦਾ ਹੈ ਜੀ ਪਰ ਮੰਥਨ ਤੋਂ ਅਗਲਾ ਸਟੈਪ ਹੁੰਦਾ ਐਕਸ਼ਨ ਜੀ ਮੈਂ ਤੇ ਜੋ ਸੁਰਤ ਸੰਭਲਿਆ ਸਾਡਾ ਜੀ ਪ੍ਰਾਈਮ ਮਿਨਿਸਟਰ ਗਿਆ ਜੀ ਫਲਾਣੀ ਥਾਂ ਤੇ ਸਾਡਾ ਜੀ ਚੀਫ ਮਿਨਿਸਟਰ ਗਿਆ ਫਲਾਣੀ ਥਾਂ ਤੇ ਕਿੱਥੇ ਗਿਆ ਜੀ ਇਜ਼ਰਾਈਲ ਗਿਆ ਇਜ਼ਰਾਈਲ ਚ ਕਿ ਉਹ ਨਾ ਸਨਜਾਈ ਸਿੱਖਣ ਗਿਆ ਵੀ ਕਿੱਦਾਂ ਸੀ ਪਾਣੀ ਪਿਚਾ ਮੈਂ ਤਾਂ ਬੁੱਢਾ ਹੋ ਚੱਲਿਆ ਇਹ ਇਹਨਾਂ ਨੂੰ ਮਤਲਬ ਕਿ ਉੱਥੇ ਅਕਲ ਨਹੀਂ ਆਈ ਇਹ ਜਾਂਦੇ ਨੇ ਸਿੱਖਣ ਜਾਂਦੇ ਨੇ ਪਤਾ ਨਹੀਂ ਕੀ ਉੱਥੇ ਕਰਨ ਜਾਂਦੇ ਆ ਅੱਛਾ ਸਿੱਖ ਕੇ ਆ ਗਏ ਜੀ ਚਾਹੇ ਅਮਰਿੰਦਰ ਇਹਨਾਂ ਦੇ ਵਿਜ਼ਿਟ ਨੇ ਔਰ ਰਿਕਾਰਡ ਨੇ ਭਗਵੰਤ ਮਾਨ ਜੀ ਵੀ ਤੁਹਾਨੂੰ ਜਾਂਦੇ ਦਿਖਾਈ ਦੇਣਗੇ ਕਿਤੇ ਨਾ ਕਿਤੇ ਸਿੱਖ ਗਿਆ ਨਹੀਂ ਸਿਖਾਉਂਦੇ ਮੈਨੂੰ ਲੱਗਦਾ ਪਤਾ ਨਹੀਂ ਹੁੰਦੀਆਂ ਤੇ ਉੱਥੇ ਜਾ ਕੇ ਕੀ ਕਰਦੇ ਨੇ ਇਹ ਪਰ ਅਮਰਿੰਦਰ ਸਿੰਘ ਗਿਆ ਪ੍ਰਕਾਸ਼ ਸਿੰਘ ਬਾਦਲ ਵੀ ਗਿਆ ਮੈਨੂੰ ਲੱਗਦਾ ਬਹੁਤ ਸਾਰੇ ਮਤਲਬ ਕਿ ਤੁਹਾਡੇ ਹੋਰ ਟੀਮਾਂ ਜਾਂਦੀਆਂ ਨੇ ਜੀ ਆਕੇ ਕੀ ਕਰਦੇ ਕੁਝ ਵੀ ਨਹੀਂ ਤਾਂ ਮਤਲਬ ਕਿ ਕੀ ਫੁਆਰਾ ਖੇਤੀ ਜਾਂ ਕੁਝ ਇਸ ਤਰ੍ਹਾਂ ਦਾ ਬਈ ਡਾਈਵਰਸੀਫਿਕੇਸ਼ਨ ਵਾਲਾ ਕੋਈ ਕੋਖਾ ਤੇ ਉਲੀਕੋ ਕੇ ਤਾਂ ਹੀ ਹੈ ਜੀ ਹੁਣ ਚਿੰਤਾ ਤਾਂ ਸਾਰੇ ਜ਼ਰ ਕਰੀ ਜਾਂਦੇ ਅਸੀਂ ਇੱਥੇ ਬੈਠੇ ਕਰੀ ਜਾ ਰਹੇ ਆ ਸਦਨ ਚ ਸਦਨ ਵਾਲੇ ਕਰੀ ਜਾ ਰਹੇ ਨੇ ਤੇ ਜਿਹੜੇ ਲੀਡਰ ਨੇ ਉਹ ਵੀ ਗਾਇਬ ਗਾਇ ਕਰ ਲੈਂਦੇ ਨੇ ਤੇ ਬਥੇਰੇ ਲੋਕ ਵੀ ਆ ਜਿਹੜੇ ਵਿਚਾਰੇ ਪੋਸਟਾਂ ਪਾਉਂਦੇ ਆ ਜਾਂ ਜੋ ਵੀ ਆ ਬੋਲਦੇ ਆ ਅਲਗ-ਅਲਗ ਬਥੇਰੇ ਸੂਝਵਾਨ ਉਹ ਅਟਾ ਹੈ ਨਾ ਬਿਲਕੁਲ ਚਿੰਤਾ ਤਾਂ ਠੀਕ ਆ ਪਰ ਸਾਨੂੰ ਇਸ ਪਾਸੇ ਵਧਣਾ ਪਵੇਗਾ ਜੀ ਕਿਉਂਕਿ ਪਾਣੀ ਦਾ ਜਿਹੜਾ ਸਾਡਾ ਮਾਮਲਾ ਹੈ ਨਾ ਉਹ ਬਹੁਤ ਕਾਣੀ ਖਰਾਬ ਹੈ ਜੀ ਕਿਉਂਕਿ ਜਿਹੜਾ ਪਾਣੀ ਅਸੀਂ ਕੱਢਦੇ ਹਾਂ ਬਹੁਤ ਪਾਣੀ ਜਿਹੜਾ ਇੱਕ ਵੱਡਾ ਹਿੱਸਾ ਰੱਖਦਾ ਉਹਦੇ 'ਚ ਕੀ ਹੈ ਕਿ ਇੰਨੇ ਜ਼ਿਆਦਾ ਰਸਾਇਣ ਨੇ ਕਿ ਉਹ ਵੀ ਪੀਣ ਯੋਗ ਨਹੀਂ ਹੈਗਾ ਜੀ ਬਿਲਕੁਲ ਬਿਲਕੁਲ ਲੈਡ ਤੱਕ ਮਿਲ ਰਿਹਾ ਹੈ ਜੀ 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 ਸਾਡੇ ਪਾਣੀ ਜੀ 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 ਬਿਲਕੁਲ ਜੀ ਇਧਰ ਉਹ ਸਿਮਰਜੀਤ ਕੁਲਰੀਆ ਕਹਿ ਰਿਹਾ ਕਿ ਮਾਨਸਾਵਾ ਟਰਪਲ ਮਾਰਦੇ ਨੇ ਜੀ ਅੱਗੋਂ ਕੋਈ ਸਵਾਲ ਨਹੀਂ ਕਰਦਾ ਜੀ ਕਹਿੰਨੇ ਕਿ ਕਿਸਾਨ ਮਿਲਣ ਦੇ ਦੌਰਾਨ ਇਹ ਕੁਝ ਹੋਇਆਗਾ ਤੇ ਨਾਲ ਹੀ ਕਹਿੰਨੇ ਕਿਹੜਾ ਨਹਿਰੀ ਪਾਣੀ ਹੈ ਜੀ ਹੈ ਨਹੀਂ ਕੋਈ ਗੱਲ ਵਾਤ ਇਲੈਕਸ਼ਨ ਮੋਡ ਚ ਫਿਰਦੇ ਸਾਡੇ ਸੀਐਮ ਸਾਹਿਬ ਤੇ ਖੁਸ਼ ਤੇ ਲੋਕ ਰਿਹਾ ਕਿ ਵੀਰ ਜੀ ਸੈਂਟਰ ਨੇ 420 ਕਰੋੜ ਦਿੱਤਾ ਤੇ ਪੰਜਾਬ ਸਰਕਾਰ ਨੇ ਖਰਚਿਆਂ ਚੋਂ 20 ਕਰੋੜ ਆਪਣਾ ਆਪਣਾ 20 ਕਰੋੜੀ ਖਰਚਾ ਹੈ ਜੀ ਕਹਿੰਨੇ ਕਿ ਨਹਿਰੀ ਪਾਣੀ ਦੇ ਉੱਤੇ ਕੋਲੀ ਯਾਨੀ ਸਿੰਚਾਈ ਵਾਸਤੇ ਹਾਂਜੀ ਆ ਦੇਖੋ ਕਿੱਡਾ ਵੱਡਾ ਫੈਟ ਹੈ ਜੀ ਵੀ ਤੁਹਾਨੂੰ ਜੇ ਪ੍ਰਧਾਨ ਮੰਤਰੀ ਸਿੰਚਾਈ ਯੋਜਨਾ ਹੈ ਇੰਡੀਆ ਚ ਚੱਲਦੀ ਹੈ ਉਹਦੇ ਵਾਸਤੇ ਬਜਟ ਆਪਾਂ ਐਤਕੇ ਦੇਖਿਆ ਵੀ ਸੀ ਥੋੜੀ ਕਟੌਤੀ ਕੀਤੀ ਹੈ ਪਰ ਬਹੁਤ ਵੱਡਾ ਬਜਟ ਆ ਉਹ ਜੀ ਤਾਂ ਤੁਸੀਂ ਉਹਦੇ 'ਚ ਇਹਨਾਂ ਨੂੰ ਤਸਵੀਜ਼ ਭੇਜੋ ਕਿ ਸਾਨੂੰ ਇੰਨਾ ਚਾਹੀਦਾ ਬਾਈ ਜੀ ਤਾਂ ਮੇਰਾ ਮੰਨਣਾ ਇਹ ਹੈ ਕਿ ਘੱਟੋ-ਘੱਟ 5-700 ਕਰੋੜ ਰੁਪਈਆ ਲੱਗੇ ਇੱਕ ਵਾਰੀ ਤੇ ਫਿਰ ਸਾਡਾ ਢਾਂਚਾ ਥੋੜਾ ਠੀਕ ਹੋਏਗਾ ਜੀ ਇੱਕ ਸਾਲ ਦੇ ਵਿੱਚ ਤਾਂ ਉਹ ਠੀਕ ਕਰਨਾ ਸਟਾਰਟ ਉਹ ਦੇਖੋ ਰਾਜਸਥਾਨ ਵਾਲੇ ਮਤ ਲਵੋ ਜੀ ਮਤ ਅਗਲਿਆਂ ਨੇ ਕੀ ਕੀਤਾ ਕੇਂਦਰ ਸਰਕਾਰ ਤੋਂ ਪੈਸਾ ਮਨਜ਼ੂਰ ਕਰਾਇਆ ਕੁਝ ਆਪ ਪਾਇਆ ਉਹ ਤੁਹਾਡੀ ਨਹਿਰ 'ਚੋਂ ਐ ਸਲੇਬਾ ਲਾਲ ਆ ਕੇ ਪਾਣੀ ਲੈ ਗਏ ਉਹ ਆંકੜੇ ਦੱਸੇ ਹੋਏ ਨੇ ਅਸੀਂ ਸਭ ਤੋਂ ਪਹਿਲਾਂ ਸਭ ਤੋਂ ਪਹਿਲੀਆਂ ਚ ਆંકੜੇ ਅਸੀਂ ਰੱਖੇ ਸੀਗੇ ਕਿ ਕਿੰਨਾ ਪੈਸਾ ਆਇਆ ਕੀ حساب ਕਿਤਾਬ ਹੋਇਆ ਅਗਲੇ ਆਪ ਦਾ ਪਾਣੀ ਇਦਾਂ ਲੈ ਕੇ ਗਏ ਆਪ ਦਾ ਅੱਜ ਵੀ ਉਹ ਪਾਣੀ ਜਿਹੜਾ ਅਸੀਂ 85% ਵਰਤ ਰਹੇ ਨੇ ਜੀ ਅਕਲ ਕਰੋ ਬਿਲਕੁਲ ਬਿਲਕੁਲ